पंजाब सरकार ने दुकानों के जिहड़ी रिलैक्सेशन जरूर दिती है खुलणगियां, पर एक स्टैगर्ड मैनर दे विच ते रोटेशन बेसिस ते खुलणगियां। रोस्टर जारी होने तो पहला असी चैक करांगे कि तुसी दुकानों के बाहर दो दो मीटर वाले जिहड़े ओह गोले लगा के ताकि सोशल डिस्टेंसिंग जिहड़े तुहाडे गाहक आउंदे ने उहनां नूं करवाई जा सके, ओह पूरी कर लैणगे ते फिर उहनां नूं असी रोस्टर दे विच शामिल करांगे। पूरी दुनिया जी लॉकडाउन हुई हैगी है, सूबे दे विच जिहड़ा हैगा दो हफ्तियां दा होर जिहड़ा 3 तरीक तो बाद जिहड़ा हैगा वादा कर दिता हैगा। लोग जिहड़े हैगे ने दुकानां तो राशन भी लैण दे लई निकलदे सी पर प्रशासन वल्लों पूरी सख्ती दिखाई गई सी। हुण किते ना किते लोकां दे विच जिहड़ी दो चित्ती जिहड़ी हैगी आ उह मनां दे विच हैगी है कि दुकानां जिहड़ियां हैगियां ने सवेरे 7 बजे तों 11 बजे तक खुल्लणगियां जां नहीं खुल्लणगियां। उधर हजूर साहब तों भी कुछ जिहड़े सरदालू जिहड़े परते सीगे उस नूं लै के भी काफ़ी चर्चावां ने। साडे नाल दिड़वा दे SDM सरदार मनजीत सिंह चीमा साहब साडे नाल मौजूद ने, इहनां नाल गलबात करांगे। सर किस तरह दा हालात हैगे ने जी सूबे दे विच आपणे दिड़वे दी गल करांगे। देखो तुहाडा पहला जिहड़ा सी इशू दुकानां खुल्लणगियां कि नहीं, पंजाब सरकार ने दुकानों के जिहड़ी रिलैक्सेशन जरूर दिती है खुल्लणगियां, पर एक स्टैगर्ड मैनर दे विच ते रोटेशन बेसिस ते खुल्लणगियां। इस दा रोस्टर सेंट्रली ज़िला पद्धर के उत्ते DFSC वालों बनाया जा रहा है और वो रोस्टर आउंदिया सार वंड दिता जाएगा दुकानों के और पुलिस नूं भी उहदी कॉपी भेज दी जाएगी ताकि सारे उस रोस्टर के अधीन वो पाबंद हो के दुकाना खोलन। पर यह मेरी जरूर रिक्वेस्ट है सारे दुकानदारों नूं, सारे किराना एसोसीएशन वालों नूं कि रोस्टर जारी होने तो पहला असी चैक करांगे कि तुसी दुकानों के बाहर दो दो मीटर वाले जिहड़े ओह गोले लगा के ताकि सोशल डिस्टेंसिंग जिहड़े तुहाडे गाहक आउंदे ने उहनां नूं करवाई जा सके, ਉਹ ਪੂਰੀ ਕਰ ਲੈਣਗੇ ਤੇ ਫਿਰ ਉਹਨਾਂ ਨੂੰ ਅਸੀਂ ਰੋਸਟਰ ਦੇ ਵਿੱਚ ਸ਼ਾਮਿਲ ਕਰਾਂਗੇ ਉਹ ਕੰਡੀਸ਼ਨਾਂ ਨੂੰ ਪੂਰੀ ਕਰਾਂਗੇ। ਜਿਸ ਤਰ੍ਹਾਂ ਸਰ ਆਪਾਂ ਕਿਰਾਣੇ ਦੀ ਦੁਕਾਨਾਂ ਦੀ ਗੱਲ ਕਰ ਰਹੇ ਹੈਗੇ, ਕਿਰਾਣੇ ਦੀ ਦੁਕਾਨਾਂ ਪਹਿਲਾਂ ਵੀ ਜਿਹੜੀਆਂ ਖੁੱਲਦੀਆਂ ਸੀਗੀਆਂ ਜਿੱਦਾਂ ਕਿ ਵਾਰੀ ਵਾਈਜ਼ ਜਿਹੜੀਆਂ ਖੁੱਲਦੀਆਂ ਸੀ ਦੁਕਾਨਾਂ, ਕਿ ਹੁਣ ਜਿਹੜੀ ਉਹਦੀ ਕੋਈ ਲਿਮਿਟ ਹੋਏਗੀ ਕਿ ਵੀ ਸ਼ਹਿਰ ਦੇ ਵਿੱਚ ਕਿੰਨੀਆਂ ਦੁਕਾਨਾਂ ਖੁੱਲਣਗੀਆਂ, ਕਿੰਨੇ ਸਮੇਂ ਦੇ ਲਈ ਖੁੱਲਣਗੀਆਂ? ਸਰ 7 ਤੋਂ 11 ਵਜੇ ਤੱਕ ਖੁੱਲਣਗੀਆਂ ਔਰ ਰੋਟੇਸ਼ਨ ਇਸ ਤਰੀਕੇ ਨਾਲ ਕੀਤੀ ਜਾਏਗੀ ਕਿ ਸ਼ਹਿਰ ਦੇ ਸਾਰੇ ਹਿੱਸਿਆਂ ਨੂੰ ਬਿਨਾਂ ਕਿਸੇ ਜ਼ਿਆਦਾ ਡਿਸਟੈਂਸ ਕਵਰ ਕੀਤੇ ਬਿਨਾਂ ਉਹਨਾਂ ਦੀ ਬਹੁਤ ਨੇੜੇ ਵਾਲੀ ਪਹੁੰਚ ਦੇ ਵਿੱਚ ਦੁਕਾਨਾਂ ਇੰਨੀਆਂ ਖੁੱਲੀਆਂ ਹੋਣ ਕਿ ਉਸ ਮੁਹੱਲੇ ਦੇ ਉਸ ਬਸਤੀ ਦੇ ਲੋਕਾਂ ਨੂੰ ਬਹੁਤੀ ਦੂਰ ਨਾ ਜਾਣਾ ਪਵੇ। ਟਾਈਮਿੰਗ ਸਵੇਰੇ 7 ਤੋਂ ਲੈ ਕੇ 11 ਵਜੇ ਤੱਕ। ਸਰ ਹੋਰ ਜਿਹੜੀ ਦੁਕਾਨਾਂ ਦੀ ਆਪਾਂ ਗੱਲ ਕਰ ਲਈਏ, ਜਿੱਦਾਂ ਕਿ ਗਰਮੀ ਦਾ ਸੀਜ਼ਨ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਹੁੰਦੀਆਂ ਨੇ ਕਿ ਜਿੱਦਾਂ ਕਿ ਕੂਲਰ ਵਗੈਰਾ ਦੀ ਜ਼ਰੂਰਤ ਪੈਂਦੀ ਹੈ ਜਾਂ ਕੋਈ ਰਿਪੇਅਰ ਕਰਾਉਣ ਦੀ ਜ਼ਰੂਰਤ ਪੈਂਦੀ ਹੈ ਜਾਂ ਕੋਈ ਗਰਮੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਦੁਪੱਟੇ ਵਗੈਰਾ ਖਰੀਦਦੀਆਂ ਨੇ ਜਾਂ ਕੋਈ ਗਰਮੀ ਦੇ ਕੋਈ ਜਿਹੜੇ ਕੱਪੜੇ ਵਗੈਰਾ ਖਰੀਦਣ ਵਾਲੀਆਂ ਦੁਕਾਨਾਂ ਵੀ ਇੱਦਾਂ ਦੀ ਦੁਕਾਨਾਂ ਦੇ ਵਿੱਚ ਜਿਹੜੀ ਕੋਈ ਢਿੱਲ ਦਿੱਤੀ ਜਾਏ? ਨਹੀਂ, ਅਜੇ ਇਸ ਤਰ੍ਹਾਂ ਦੀ ਕੋਈ ਰਿਲੈਕਸੇਸ਼ਨ ਨਹੀਂ ਆਈ, ਅਜੇ ਰਿਲੈਕਸੇਸ਼ਨ ਕੇਵਲ ਅਸੈਂਸ਼ੀਅਲ ਗੁੱਡਸ ਤੱਕ ਸੀਮਤ ਹੈ ਔਰ ਗਰਮੀ ਦਾ ਮੌਸਮ ਵੀ ਅਜੇ ਇੰਨਾ ਪ੍ਰਚੰਡ ਨਹੀਂ ਹੋਇਆ, ਅਜੇ ਇਹਨਾਂ ਨੂੰ ਅਸੈਂਸ਼ੀਅਲ ਗੁੱਡਸ ਦੇ ਵਿੱਚ ਕੁਆਲੀਫਾਈ ਕਰਨ ਦੇ ਵਿੱਚ ਥੋੜ੍ਹਾ ਟਾਈਮ ਲੱਗੇਗਾ, ਪਰ ਜਦੋਂ ਇਸ ਤਰ੍ਹਾਂ ਦੀ ਕੋਈ ਰਿਲੈਕਸੇਸ਼ਨ ਆ ਗਈ ਡੈਫੀਨੇਟਲੀ ਇੱਥੇ ਕੰਪਲਾਈ ਕੀਤੀ ਜਾਏਗੀ। ਤੁਹਾਡਾ ਅਗਲਾ ਇਸ਼ੂ ਸੀ ਜਿਹੜੇ ਹਜ਼ੂਰ ਸਾਹਿਬ ਤੋਂ ਰਿਟਰਨਿਸ ਆਏ ਨੇ, ਉਹ ਸਾਡੇ ਕੋਲ ਵੀ 27 ਜਿਹੜੇ ਜੀ ਸਨ ਉਹ ਹਜ਼ੂਰ ਸਾਹਿਬ ਤੋਂ ਰਿਟਰਨ ਕੱਲ੍ਹ ਪਹੁੰਚ ਚੁੱਕੇ ਨੇ। ਇਸ ਤੋਂ ਇਲਾਵਾ 8 ਜੀ ਜੈਸਲਮੇਰ ਤੋਂ ਲੇਬਰ ਵਾਲੇ ਆਏ ਨੇ ਔਰ ਇਸ ਤੋਂ ਇਲਾਵਾ 2 ਇੱਕ ਹਸਬੈਂਡ ਵਾਈਫ ਕਾਕੂ ਵਾਲਾ ਪਿੰਡ ਦੇ ਸਨ, ਉਹ ਵੀ ਜੈਸਲਮੇਰ ਤੋਂ ਹੀ ਆਏ ਨੇ। ਇਹਨਾਂ ਸਾਰਿਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ, ਹਿਮਲੈਂਡ ਸਕੂਲ ਦੇ ਵਿੱਚ ਕੁਆਰੰਟਾਈਨ ਫੈਸਿਲਿਟੀ ਕ੍ਰੀਏਟ ਕੀਤੀ ਗਈ ਹੈ। ਸਾਡੇ ਕੋਲ ਉੱਥੇ 60 ਬੈੱਡ ਹੈਗੇ ਨੇ, ਸੋ ਅਜੇ ਸਾਡੇ ਕੋਲ 20-25 ਦੀ ਕਪੈਸਿਟੀ ਹੋਰ ਹੈ, ਲਗਭਗ ਕੋਈ 27+8 35 ਤੇ 2 37 ਜਾਣੇ ਕੱਲ੍ਹ ਪਹੁੰਚ ਗਏ ਨੇ। ਉਹਨਾਂ ਸਾਰਿਆਂ ਨੂੰ ਹਰ ਇੱਕ ਕਮਰੇ ਦੇ ਵਿੱਚ ਵੱਖਰੀ ਬਾਲਟੀ ਮੱਗ ਦੇ ਦਿੱਤਾ ਗਿਆ, ਹਰ ਬੰਦੇ ਨੂੰ ਹਰ ਔਰਤ ਨੂੰ ਸਾਬਣ ਨਹਾਉਣ ਵਾਲਾ ਕੱਪੜੇ ਧੋਣ ਵਾਲਾ ਮੁਹੱਈਆ ਕਰਾ ਦਿੱਤਾ ਗਿਆ, ਉਹਨਾਂ ਦੇ ਖਾਣੇ ਦਾ ਪ੍ਰਬੰਧ ਕਰ ਦਿੱਤਾ ਗਿਆ, ਸਵੇਰੇ ਚਾਹ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਔਰ ਇੱਕ 8 ਅਫਸਰਾਂ ਦੀ ਟੀਮ ਨਿਯੁਕਤ ਕਰ ਦਿੱਤੀ ਗਈ ਹੈ ਔਰ ਉਹਨਾਂ ਨੂੰ ਡਿਊਟੀਆਂ ਵੱਖਰੀਆਂ ਵੱਖਰੀਆਂ ਵੰਡ ਦਿੱਤੀਆਂ ਗਈਆਂ ਨੇ ਤਾਂ ਕਿ ਕਿਸੇ ਵੀ ਕਿਸਮ ਦੀ ਉੱਥੇ ਸਮੱਸਿਆ ਨਾ ਆਵੇ ਔਰ ਉਹਨੂੰ ਬੜੇ ਸੁਚਾਰੂ ਢੰਗ ਦੇ ਨਾਲ ਉਹਦੀ ਅਸੀਂ ਐਡਮਿਨਿਸਟ੍ਰੇਸ਼ਨ ਕਰ ਸਕੀਏ। ਜਿਸ ਤਰ੍ਹਾਂ ਸਰ ਸੂਬੇ ਦੇ ਵਿੱਚ ਜਿਹੜਾ ਹੈਗਾ ਅਗਲੇ 15 ਦਿਨ ਦੇ ਲਈ ਜਿਹੜਾ ਹੋਰ ਜਿਹੜਾ ਕਰਫਿਊ ਵਧਾ ਦਿੱਤਾ ਗਿਆ ਹੈਗਾ ਉਸ ਨੂੰ ਮੇਨਟੇਨ ਰੱਖਣ ਦੇ ਲਈ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਲੋਕਾਂ ਨੂੰ ਫਿਰ ਦੁਬਾਰਾ ਇਹੀ ਅਪੀਲ ਹੈ ਜਿਵੇਂ ਮੈਂ ਪਹਿਲਾਂ ਵੀ ਕੀਤੀਆਂ ਨੇ, ਸਭ ਕੁਝ ਸਰਕਾਰ ਤੁਹਾਡੇ ਭਲੇ ਵਾਸਤੇ ਕਰ ਰਹੀ ਹੈ, ਸਰਕਾਰ ਦੇ ਨਾਲ ਮਿਲ ਕੇ ਚੱਲੋ, ਪ੍ਰਸ਼ਾਸਨ ਦਾ ਸਾਥ ਦਿਓ,
ਆਪਾਂ ਸਾਰਿਆਂ ਨੇ ਰਲ ਮਿਲ ਕੇ ਹੀ ਇਹ ਲੜਾਈ ਜਿੱਤਣੀ ਹੈ। ਔਰ ਇਹ ਲੜਾਈ ਛੋਟੀ ਲੜਾਈ ਨਹੀਂ, ਇਹ ਇੱਕ ਲੌਂਗ ਡਰਾਉਨ ਬੈਟਲ ਜਿਹਨੂੰ ਕਿਹਾ ਜਾਂਦਾ, ਲੰਬੀ ਚੱਲਣ ਵਾਲੀ ਲੜਾਈ ਹੈ। ਔਰ ਇਹਦੇ ਵਿੱਚ ਜਿੱਤ ਆਪਾਂ ਤਾਂ ਹੀ ਹਾਸਲ ਕਰਾਂਗੇ ਜੇ ਇੱਕ ਦੂਜੇ ਦੀ ਬਾਂਹ ਫੜ ਕੇ ਚੱਲਾਂਗੇ। ਸੋ ਬਿਲਕੁਲ ਇਸ SDM ਦਿੜਵਾ ਜਿਨ੍ਹਾਂ ਦਾ ਸਿੱਧੇ ਤੌਰ ਦੇ ਉੱਪਰ ਕਹਿਣਾ ਹੈਗਾ ਕਿ ਲੋਕਾਂ ਨੂੰ ਪ੍ਰਸ਼ਾਸਨ ਦਾ ਅਤੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਹੀ ਆਪਾਂ ਕਰੋਨਾ ਨੂੰ ਰਲ ਮਿਲ ਕੇ ਜਿਹੜਾ ਹੈਗਾ ਹਰਾ ਸਕਦੇ ਹੈਗੇ ਹਾਂ। ਔਰ ਜੇ ਗੱਲ ਕਰ ਲਈਏ ਅਗਲੇ 15 ਦਿਨਾਂ ਦੀ, 15 ਦਿਨ ਅਗਲੇ ਜਿਹੜੇ ਹੈਗੇ ਨੇ ਉਹ ਲੋਕਾਂ ਨੂੰ ਹੋਰ ਜਿਹੜਾ ਕਰਫਿਊ ਦੇ ਲਈ ਜਿਹੜਾ ਹੈਗਾ ਅੰਦਰ ਰਹਿਣਾ ਪਵੇਗਾ। ਸੋ ਅਸੀਂ ਵੀ ਬੇਨਤੀ ਕਰਦੇ ਹੈਗੇ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ, ਸੇਫ ਰਹੋ, ਪ੍ਰਸ਼ਾਸਨ ਦਾ ਸਾਥ ਦਿਓ, ਤਾਂ ਹੀ ਆਪਾਂ ਇਸ ਕਰੋਨਾ ਦੀ ਬਿਮਾਰੀ ਨੂੰ ਨਿਜਾਤ ਪਾ ਸਕਦੇ ਹੈਗੇ ਹਾਂ। ਪੰਜਾਬੀ ਲੋਕ ਚੈਨਲ ਦੇ ਲਈ ਸੰਜੀਵ ਗੋਇਲ, ਸੰਗਰੂਰ।